ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ 28 ਨਵੰਬਰ 2020 ਤੱਕ ਦਾ ਮੌਸਮ ਦੇਖਦੇ ਹਾਂ ਕਿਸ ਤਰੀਕੇ ਦਾ ਰਹੇਗਾ ਤਾਂ ਇਹ ਇੱਕ ਵੈਦਰ ਫੋਰਕਾਸਟ ਬਲਿਟਨ ਹੈ ਜਿਹੜਾ ਕਿ ਮੌਸਮ ਵਿਭਾਗ ਵੱਲੋਂ 24 ਨਵੰਬਰ ਨੂੰ ਦੁਪਹਿਰ ਬਾਅਦ 1:30 ਮਿੰਟ ਤੇ ਜਾਰੀ ਕੀਤਾ ਗਿਆ ਹੈ ਦੋਸਤੋ ਤੁਸੀਂ ਜਾਣਦੇ ਹੋ ਕਿ ਪੱਛਮੀ ਚੱਕਰਵਾਤ ਜਿਹੜਾ ਉਹ ਇਸ ਸਮੇਂ ਆਪਣੇ ਪੂਰੇ ਇਲਾਕੇ ਦੇ ਉੱਪਰ ਆਪਣਾ ਪ੍ਰਭਾਵ ਪਾ ਰਿਹਾ ਹੈ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਿ 25 ਤਰੀਕ ਨੂੰ ਖਾਸ ਤੌਰ ਤੇ ਪੂਰੇ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਏਰੀਏ ਦੇ ਵਿੱਚ ਬੱਦਲ ਛਾਈ ਰਹਿਣਗੇ ਤਾਂ ਇੱਕ ਦੋ ਥਾਵਾਂ ਦੇ ਉੱਪਰ ਵਰਖਾ ਵੀ ਹੋ ਸਕਦੀ ਹੈ ਤੇ ਉਹ ਵਰਖਾ ਜਿਹੜੀ ਹੈ ਹਲਕੀ ਹੋਏਗੀ ਕਿਉਂਕਿ ਇਸ ਸਮੇਂ ਜਦੋਂ ਵਰਖਾ ਹੁੰਦੀ ਹੈ ਤਾਂ ਉਹਦੇ ਵਿੱਚ ਮੌਸਮ ਠੰਡਾ ਹੋਣ ਕਰਕੇ ਗੜੇ ਪੈਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ ਭਾਰਤੀ ਮੌਸਮ ਵਿਭਾਗ ਨੇ ਇਸ ਸਬੰਧੀ ਇਹ ਪੰਜਾਬ ਦੇ ਵਿੱਚ ਵਾਰਨਿੰਗ ਜਾਰੀ ਕੀਤੀ ਹੈ ਵਰਖਾ ਦੀ ਵਾਰਨਿੰਗ ਨਹੀਂ ਹੈਗੀ ਵਾਰਨਿੰਗ ਹੈ ਕਿ ਕੋਲਡ ਡੇ ਕੰਡੀਸ਼ਨਸ ਬਣੀਆਂ ਰਹਿਣਗੀਆਂ ਜਿਸ ਤਰ੍ਹਾਂ ਤੁਸੀਂ ਇਸ ਜਗ੍ਹਾ ਤੇ ਇੱਥੇ ਦੇਖੋਗੇ ਤਾਂ ਕੋਲਡ ਡੇ ਕੰਡੀਸ਼ਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਕੋਲਡ ਡੇ ਕੰਡੀਸ਼ਨ ਬਣੀ ਰਹਿਣ ਦੀ ਸੰਭਾਵਨਾ ਹੈ ਭਾਵੇਂ ਕਿ ਇਹ ਸਿਸਟਮ ਦਾ ਜਿਹੜਾ ਮੁੱਖ ਪ੍ਰਭਾਵ ਹੈ ਉਹ ਜੰਮੂ ਅਤੇ ਹਿਮਾਚਲ ਤੇ ਹੀ ਹੈ ਜਿੱਥੇ ਕਿ ਭਾਰੀ ਬਰਫਬਾਰੀ ਅਤੇ ਕੁਝ ਥਾਵਾਂ ਤੇ ਭਾਰੀ ਮੀਂਹ ਦੀ ਚੇਤਾਵਨੀ ਆ ਚੁੱਕੀ ਹੈ ਦੂਸਰੇ ਪਾਸੇ ਜੇਕਰ ਤੁਸੀਂ ਹੇਠਲੇ ਪਾਸੇ ਦੇਖਦੇ ਹੋ ਤਾਂ ਖੱਲੇ ਦੱਖਣੀ ਭਾਰਤ ਦੇ ਵਿੱਚ ਇਹ ਜਿਹੜਾ ਹੈਗਾ ਤ ਸਮੁੰਦਰੀ ਤੂਫਾਨ ਆਇਆ ਹੋਇਆ ਇਹਨੇ ਕਹਿਰ ਮਚਾਇਆ ਹੋਇਆ ਜਿਦੇ ਕਰਕੇ ਖਾਸ ਤੌਰ ਤੇ ਤਾਮਨਾਡੂ ਦੇ ਵਿੱਚ ਕਾਫੀ ਜ਼ਿਆਦਾ ਵਰਖਾ ਹੋ ਰਹੀ ਹੈ ਤੇ ਇੱਥੇ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਪਰੰਤੂ ਅਸੀਂ ਆਪਣਾ ਮੌਸਮ ਦੇਖਦੇ ਹਾਂ ਸਾਡੇ ਇੱਥੇ ਵਰਖਾ ਦੀ ਸੰਭਾਵਨਾ ਬਣੀ ਹੈ ਪਰੰਤੂ ਬਹੁਤ ਘੱਟ ਏਰੀਏ ਦੇ ਵਿੱਚ ਹਲਕੀ ਵਰਖਾ ਹੋਣ ਦੀ ਸੰਭਾਵਨਾ ਸਭ ਤੋਂ ਪਹਿਲਾਂ ਦੇਖੀਏ ਕੇਂਦਰ ਸ਼ਾਸਿਤ ਚੰਡੀਗੜ੍ਹ ਕੇਂਦਰ ਸ਼ਾਸਿਤ ਚੰਡੀਗੜ੍ਹ ਦੇ ਵਿੱਚ 25 ਤਰੀਕ ਨੂੰ ਹਲਕੀ ਵਰਖਾ ਹੋ ਸਕਦੀ ਹੈ ਤੇ ਨਾਲ ਕੋਲਡ ਡੇ ਕੰਡੀਸ਼ਨਸ ਬਣੀਆਂ रह ਸਕਦੀਆਂ ਤਾਂ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਾਹ ਸਾਹਿਬ ਸ੍ਰੀ ਤਰਨਤਨ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹਨਾਂ ਜ਼ਿਲ੍ਹਿਆਂ ਦੇ ਨਾਲ-ਨਾਲ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 1-2 ਥਾਵਾਂ ਤੇ 24 ਅਤੇ 25 ਨਵੰਬਰ 2020 ਦੇ ਦਰਮਿਆਨ ਹਲਕੀ ਵਰਖਾ ਹੋ ਸਕਦੀ ਹੈ ਕਿਸੇ ਜਗ੍ਹਾ ਤੇ ਨਾਲ ਗੜੇ ਵੀ ਪੈ ਸਕਦੇ ਹੈ। ਮੋਗਾ ਦੇ ਵਿੱਚ 25 ਤੋਂ 50% ਤੱਕ ਸੰਭਾਵਨਾ ਹੈ ਕਿ ਖੁਸ਼ਕ ਬਣਿਆ ਰਹੇਗਾ। ਲੁਧਿਆਣਾ, ਮਾਨਸਾ, ਸੰਗਰੂਰ, ਪਟਿਆਲਾ। ਜ਼ਿਆਦਾਤਰ ਸੰਭਾਵਨਾ ਹੈ ਕਿ ਇਹ ਜ਼ਿਲ੍ਹੇ ਜਿਹੜੇ ਹੈਗੇ ਆ ਖੁਸ਼ਕ ਬਣੇ ਰਹਿਣਗੇ ਇਸ ਸਮੇਂ ਦੇ ਦੌਰਾਨ ਵਰਖਾ ਹੋਣ ਦੇ ਚਾਂਸਸ ਘੱਟ ਹੈ। ਪ੍ਰੰਤੂ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਬਰਨਾਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 24 ਅਤੇ 25 ਨਵੰਬਰ 2020 ਦੇ ਦਰਮਿਆਨ ਇੱਕ ਦੋ ਥਾਵਾਂ ਦੇ ਉੱਪਰ ਹਲਕੀ ਵਰਖਾ ਹੋ ਸਕਦੀ ਹੈ ਮੌਸਮੀ ਵਾਰਨਿੰਗ ਭਾਵੇਂ ਕਿ ਕੋਈ ਵਰਖਾ ਦੇ ਨਾਲ ਸੰਬੰਧਿਤ ਵਾਰਨਿੰਗ ਜਾਰੀ ਨਹੀਂ ਹੋਈ ਪਰੰਤੂ ਕਿਉਂਕਿ ਬੱਦਲ ਛਾਏ ਰਹਣ ਕਰਕੇ ਮੌਸਮ ਦੇ ਵਜ੍ਹਾ ਤਾਪਮਾਨ ਉਹ ਡਿੱਗੇਗਾ ਇਹਦੇ ਕਰਕੇ ਤਾਂ ਕੋਲਡ ਡੇ ਕਿੱਥੇ ਕਿੱਥੇ ਰਹਿਣ ਦੀ ਸੰਭਾਵਨਾ ਹੈ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਾਹਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਸ ਦੇ ਨਾਲ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇੱਥੇ 25 ਨਵੰਬਰ 2020 ਨੂੰ ਕੋਲਡ ਡੇ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਤਾਪਮਾਨ ਕਾਫੀ ਡਿੱਗਣ ਦੀ ਸੰਭਾਵਨਾ ਹੈ ਹਰਿਆਣਾ ਦੇ ਵਿੱਚ ਤਾਂ ਠੀਤ ਲਹਿਰ ਦੀ ਵਾਰਨਿੰਗ ਆ ਚੁੱਕੀ ਹੈ ਪਹਿਲਾਂ ਵਰਖਾ ਦੇਖੀਏ ਕਿ 25 ਨਵੰਬਰ ਵਾਲੀ ਪੰਚਕੁਲਾ ਅੰਬਾਲਾ ਯਮਨਾ ਨਗਰ ਕੋਰਕ ਖੇਤਰ ਕਰਨਾਲ ਕੈਥਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਦੋ ਥਾਵਾਂ ਦੇ ਉੱਪਰ ਹਲਕੀ ਵਰਖਾ ਹੋਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ ਮਹਿੰਦਰਗੜ੍ਹ ਏਰੀਵਾੜੀ ਗੁਰੂਗਰਾਮ ਫਰੀਦাবাদ ਮਿਵਾਤ ਪਲਵਲ ਝੱਜਰ ਰੋहतक ਸੋਨੀਪਤ ਪਾਣੀਪਤ ਇਹ ਜਿਹੜੇ ਜ਼ਿਲ੍ਹੇ ਐ ਇਹਨਾਂ ਦੇ ਵਿੱਚ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਵਰਖਾ ਨਹੀਂ ਹੋਏਗੀ ਵਰਖਾ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ ਫਿਰਸਾ ਫਤਿਹਪੁਰ ਜੀਂਦ ਹਿਸਾਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਦੋ ਥਾਵਾਂ ਤੇ ਹਲਕੀ ਵਰਖਾ ਇਸ ਸਮੇਂ ਹੋ ਸਕਦੀ ਹੈ ਜਦੋਂ ਕਿ ਚਰਖੀਦਾਦਰੀ ਅਤੇ ਭਿਵਾਨੀ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਮੌਸਮੀ ਵਾਰਨਿੰਗ ਵਰਖਾ ਦੀ ਵਾਰਨਿੰਗ ਕੋਈ ਨਹੀਂ ਹੈਗੀ ਪਰੰਤੂ ਮੌਸਮ ਦੇ ਵਿੱਚ ਕੋਲਡ ਡੇ ਕੰਡੀਸ਼ਨ ਬਣੀਆਂ ਰਹਣ ਤੇ ਸ਼ੀਤ ਲਹਿਰ ਦੀ ਵਾਰਨਿੰਗ ਆਈ ਹੈ ਕਿਉਂਕਿ 30 ਨਵੰਬਰ ਦੇ ਨੇੜੇ ਦੁਆਰਾ ਫੇਰ ਮੌਸਮ ਖਰਾਬ ਹੋਏਗਾ ਤਾਂ ਸ਼ੀਤ ਲਹਿਰ 27 28 ਨੂੰ ਆਉਣ ਦੀ yellow ਵਾਰਨਿੰਗ ਹੈ ਪਹਿਲਾਂ ਕੋਲਡ ਡੇ ਦੇਖੀਏ ਪੰਚਕੁਲਾ ਅੰਮਾਲਾ ਯਮਨਾ ਨਗਰ ਕੋਰਖੇਤਰ ਕੈਥਲ ਕਰਨਾਲ ਜੱਜਰ ਗੁਰੂਗ੍ਰਾਮ ਰੋहतक ਸੋਨੀਪੱਤ ਪਾਣੀਪੱਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੋਲਡ ਡੇ ਕੰਡੀਸ਼ਨਸ ਬਣੀਆਂ ਰਹਿਣ ਦੀ ਸੰਭਾਵਨਾ 25 ਤਰੀਕ ਨੂੰ ਜਦੋਂ ਕਿ 27 ਅਤੇ 28 ਨਵੰਬਰ ਨੂੰ ਹਿਸਾਰ, ਫਤਿਹਪੁਰਬਾਦ, ਸਿਰਸਾ, ਮੀਵਾਤ, ਗੁਰੂਗ੍ਰਾਮ, ਜੱਜਰ, ਰਿਵਾੜੀ, ਮਹਿੰਦਰਗੜ੍ਹ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 27 ਅਤੇ 28 ਨਵੰਬਰ ਨੂੰ ਕੋਲਡ ਵੇਵ, ਠੀਤ ਲਹਿਰ ਚੱਲਣ ਦੀ ਯੈਲੋ ਵਾਰਨਿੰਗ ਭਾਰਤੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੀ ਹੈ। ਸਾ ਦੋਸਤੋ ਗੰਗਾ ਨਗਰ ਹਰਮਾਨਗੜ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ ਕਿ ਇੱਥੇ ਜੋ ਹੈ 24 ਦੀ ਰਾਤ ਜਾਂ 25 ਨੂੰ ਜਿਹੜਾ ਹੈਗਾ ਥੰਡਰਸਟੋਰਮ ਆ ਸਕਦਾ ਜਿਹਦੇ ਨਾਲ ਕਿ ਕੁਝ ਗੜੇ ਵੀ ਪੈ ਸਕਦੇ ਐ ਕਿਉਂਕਿ ਇਹਨਾਂ ਦਿਨਾਂ ਚ ਵਰਖਾ ਹੋਏਗੀ ਤਾਂ ਗੜੇ ਤਾਂ ਉਹਦੇ ਵਿੱਚ ਪੈਣ ਦੀ ਸੰਭਾਵਨਾ ਹੁੰਦੀ ਹੀ ਹੁੰਦੀ ਹੈ ਕਿਉਂਕਿ ਤਾਪਮਨ ਜਿਹੜਾ ਹੈਗਾ ਡਾਊਨ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਾਰਨਿੰਗ ਨਹੀਂ ਹੈਗੀ ਪਰੰਤੂ ਇੱਥੇ ਵੀ ਜਿਹੜਾ ਹੈਗਾ ਇੱਕ ਦੋ ਥਾਨਾਂ ਦੇ ਉੱਪਰ ਇਸ ਸਮੇਂ ਵਰਖਾ ਹੋ ਸਕਦੀ ਹੈ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਕੋਹਰਾ ਪੈਣ ਦੀ ਮਤਲਬ ਕਿ ਧੁੰਦ ਛਾਇਰਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਜੰਮੂ ਦੇ ਵਿੱਚ 24-25 ਨੂੰ ਹਲਕੀ ਵਰਖਾ ਹੋ ਸਕਦੀ ਹੈ ਜਿਹਦੇ ਨਾਲ ਇੱਕ ਦੋ ਥਾਵਾਂ ਤੇ ਗੜੇ ਵੀ ਪੈ ਸਕਦੇ ਹੈ ਇਹ ਖਾਸ ਤੌਰ ਤੇ ਜੰਮੂ ਦੀ ਗੱਲ ਹੋ ਰਹੀ ਹੈ ਜਿਉਂਕਿ ਜਦੋਂ ਕਿ ਕਸ਼ਮੀਰ ਦੇ ਵਿੱਚ ਤਾਂ ਜਿਹੜਾ ਹੈਗਾ ਭਾਰੀ ਬਰਫਬਾਰੀ ਅਤੇ ਭਾਰੀ ਵਰਖਾ ਦੀ ਸੰਭਾਵਨਾ ਹੈ ਤਾਂ ਦੋਸਤੋ ਇਹ ਸੀ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਮੌਸਮ ਦਾ ਹਾਲ ਜੋ ਵੀ ਕੋਈ ਇਸ ਦੇ ਵਿੱਚ ਹੋਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਦੱਖਣੀ ਭਾਰਤ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਜਿਵੇਂ ਦੱਸਿਆ ਕਿ ਕਾਫੀ ਜ਼ਿਆਦਾ ਹਾਲਾਤ ਖਰਾਬ ਹੈ ਕਾਫੀ ਏਰੀਏ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਮਸ਼ਵਾਰਿਆਂ ਨੂੰ ਜਾਣ ਤੋਂ ਸਮੁੰਦਰ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ ਤਾਂ ਜਿਸ ਤਰੀਕੇ ਨਾਲ 27 ਨਵੰਬਰ ਆਉਂਦਾ ਹੈ ਤਾਂ ਤੁਸੀਂ ਇਹ ਦੇਖ ਰਹੇ ਹੋ ਕਿ ਰਾਜਸਥਾਨ ਪੂਰੇ ਦਾ ਪੂਰਾ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਇੱਥੇ ਜਿਹੜਾ ਹੈਗਾ 27-28 ਤਰੀਕ ਨੂੰ ਕੋਲਡ ਵੇਵ ਦੀਆਂ ਕੰਡੀਸ਼ਨਸ ਜਿਹੜਾ ਹੈਗਾ ਬਣ ਸਕਦੀਆਂ ਤੇ ਕਾਫੀ ਜਿਹੜਾ ਹੈਗਾ ਪਾਰਾ ਥੱਲੇ ਜਾਣ ਦੀ ਜਿਹੜੀ yellow warning ਭਾਰਤੀ ਮੌਸਮ ਵਿਭਾਗ ਜਾਰੀ ਕਰ ਚੁੱਕਾ ਹੈ। ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ